ਦੀ ਹੈ ਇਹ ਸੜਕ ਦੀ ਵਜ੍ਹਾ ਨਾਲ ਨਾਲਾ ਬਣ ਗਿਆ ਤਾਂ ਉੱਚਾ ਜੀ, ਅਤੇ ਜਿੰਨਾ ਵੀ ਸੜਕ ਦਾ ਪਾਣੀ ਉੱਧਰੋਂ ਪਾਕਿਸਤਾਨ ਸਾਈਡ ਤੋਂ ਜਿੰਨਾ ਵੀ ਪਾਣੀ ਆਉਂਦਾ ਉਹ ਸਾਰਾ ਹੀ ਤਕਰੀਬਨ ਨਾਲਾ ਛੋਟਾ ਨਾਲਾ ਪਾਣੀ ਪੂਰਾ ਕਵਰ ਨਹੀਂ ਕਰਦਾ, ਅੱਗੇ ਸੜਕ ਤੋਂ ਇੱਧਰ ਡੱਕਾ ਲੱਗਦਾ, ਨਾਲਾ ਛੋਟਾ ਪਾਣੀ ਪੂਰਾ ਜਾਂਦਾ ਨਹੀਂ, ਉਹ ਪਾਣੀ ਤੋਂ ਡੱਕਾ ਲੱਗਦਾ, ਸਾਰਾ ਪਾਣੀ ਸਾਡੇ ਵਿਹੜੇ ਤੱਕ ਆ ਜਾਂਦਾ, ਸਾਡੇ ਅੰਦਰ ਤੱਕ ਪਾਣੀ ਆ, ਤੁਸੀਂ ਅੰਦਰ ਦੀ ਕੰਡੀਸ਼ਨ ਦੇਖ ਸਕਦੇ ਹੋ, ਸਵੇਰ ਦੀ ਇੰਨੀ ਕਾਰ ਆਈ ਅੰਦਰੋਂ, ਇਹ ਸਾਰਾ ਅੰਦਰੋਂ ਹੀ ਕੱਢ ਕੇ ਕਾਰ ਇੱਥੇ ਲਾਈ ਹੈ, ਇਹ ਅੰਦਰੋਂ ਕੱਢੀ ਹੈ? ਹਾਂਜੀ ਹਾਂਜੀ, ਸਾਰੀ ਇੱਧਰੋਂ ਵੀ ਗਏ, ਇੱਧਰ ਵਿਹੜੇ ਤੱਕ ਤੁਸੀਂ ਦੇਖ ਸਕਦੇ ਹੋ, ਸਾਰੀ ਕਾਰ ਵਿਹੜੇ ਧੋ ਕੇ ਤੁਸੀਂ ਇੱਧਰ ਕੱਢੀ ਹੈ, ਇਸ ਅੰਦਰੋਂ ਉੱਥੋਂ ਤੱਕ ਸਾਰੇ ਮੇਰੇ ਪਾਣੀ, ਹੁਣ ਪਾਈਪ ਲਾਈ ਜੀ, ਪਾਈਪ ਲਾ ਕੇ ਪੂਰੇ ਅੰਦਰ ਸਵੇਰ ਦੇ ਲੱਗੇ ਦੇ ਆ ਸਾਰਾ ਕੰਮ ਕਰਨ, ਅਤੇ ਹੁਣ ਇਹ ਮਤਲਬ ਕੀ ਮੰਗ ਕੀ ਕਰਦੇ ਹੋ? ਮੰਗ ਇਹ ਕਰਦੇ ਹਾਂ ਕਿ ਇਸ ਨਾਲੇ ਦਾ ਬੰਦੋਬਸਤ ਕੀਤਾ ਜਾਏ, ਜਾਂ ਨਾਲਾ ਕੋਈ 4 ਫੁੱਟ ਡੂੰਘਾ ਕੀਤਾ ਜਾਏ, ਜਾਂ ਵੱਡੀਆਂ ਪਾਈਪਾਂ ਪਾ ਕੇ ਨਾਲੇ ਦੀ ਇਹਦੀ ਸਹੀ ਢੰਗ ਨਾਲ ਕੀਤੀ ਜਾਏ, ਅਤੇ ਫਿਰ ਇਹ ਪਾਣੀ ਮਾੜਾ ਜਿਹੜਾ ਇਹ ਜਾ ਸਕਦਾ ਪਾਕਿਸਤਾਨ ਦਾ, ਜਿੰਨਾ ਵੀ ਪਾਣੀ ਮਤਲਬ ਪਰਲੀ ਸਾਈਡ ਤੋਂ ਆਉਂਦਾ ਪਾਕਿਸਤਾਨ ਦਾ ਹੋ ਗਿਆ, ਜਾਂ ਹਿੰਦੁਸਤਾਨ ਦੀ ਵੀ ਕੁਝ ਜਗ੍ਹਾ ਹੈਗੀ ਆ, ਉਹ ਸਾਰਾ ਪਾਣੀ ਇਕੱਠਾ ਹੋ ਕੇ ਇਸ ਪਿੰਡ ਦੀ ਇੱਧਰ ਨੂੰ ਆਉਂਦਾ ਹੱਦ ਨੂੰ, ਅਤੇ ਜਾਂ ਤਾਂ ਫਿਰ ਪਿੱਛੋਂ ਬੰਦ ਕੀਤਾ ਜਾਏ, ਜਿਹੜਾ BSF ਦਾ ਫੈਂਸਿੰਗ ਬਣੀ ਦੀ ਆ, ਉਸ ਤੋਂ ਪਿੱਛੋਂ ਵੀ ਬੰਦ ਹੋ ਸਕਦਾ ਪਾਣੀ, ਪਰ ਪਿੱਛੋਂ ਇਹਨਾਂ ਕਿਸੇ ਕਾਰਨ ਕੀਤਾ ਨਹੀਂ, ਅਗਰ ਉਹ ਬੰਦ ਪਿੱਛੋਂ ਹੁੰਦਾ ਤਾਂ ਸਾਡੀ ਹੋਰ ਜਾਨ ਛੁੱਟ ਜਾਂਦੀ ਹੈ, ਅਗਰ ਪਿੱਛੋਂ ਨਹੀਂ ਹੋ ਸਕਦਾ ਤਾਂ ਇਹ ਪਾਈਪਾਂ, ਕੁਝ ਪਾਈਪਾਂ ਪਾ ਕੇ ਇਸ ਪਾਣੀ ਦੀ ਕੋਈ ਨਿਕਾਸੀ ਕੀਤੀ ਜਾਏ, ਅਤੇ ਤਾਂ ਜੇ ਸਾਨੂੰ ਇਸ ਪਾਣੀ ਤੋਂ ਛੁਟਕਾਰਾ ਮਿਲੇ। ਪਰ ਕੋਈ 15-16 ਘਰ ਨੇ ਜਿਹੜੇ ਸਾਡੇ ਇੱਧਰ ਨੇ, ਤਕਰੀਬਨ ਸਾਰੇ ਹੀ ਇਸ ਕੰਮ ਦੇ ਵਿੱਚ ਮਤਲਬ ਦਬੇ ਹੋਏ ਨੇ, ਸਾਰੇ ਦੇ ਹਰ ਘਰ, ਜਿਹੜੇ ਮਰਜ਼ੀ ਘਰ ਜਾ ਕੇ ਦੇਖ ਲਓ, ਇੰਨਾ ਇੰਨਾ ਘਰ ਹੈ, ਇਸੇ ਪਾਣੀ ਦੀ ਦਿੱਕਤ ਆ, ਔਰ ਦਿੱਕਤ ਉਦੋਂ ਦੀ ਹੈ ਜਦੋਂ ਦੀ ਇਹ ਸੜਕ ਬਣੀ ਹੈ, ਇਹਦੇ ਕਾਰਨ ਪੂਰੀ ਪਾਣੀ ਦੀ ਨਿਕਾਸੀ ਨਹੀਂ, ਜਾਂ ਤਾਂ ਇਹ ਪਾਣੀ ਦੀ ਨਿਕਾਸੀ ਸਹੀ ਕਰ ਦੇਣ, ਨਾਲਾ ਕੱਢ ਦੇਣ, ਜਾਂ ਪਾਈਪਾਂ ਪਾ ਕੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਉਹ ਨਹੀਂ, ਸਾਡਾ ਪਾਣੀ ਕਿਸੇ ਪਾਸੇ ਹੋਏ ਜਾਣਾ ਚਾਹੀਦਾ, ਸਾਨੂੰ ਪਾਣੀ ਦੀ ਦਿੱਕਤ ਹੁੰਦੀ, ਜਦੋਂ ਵੀ ਬਰਸਾਤ ਜ਼ਿਆਦਾ ਬਾਰਿਸ਼ ਪੈਂਦੀ ਹੈ ਤਾਂ ਸਾਡੇ ਪਾਣੀ ਅੰਦਰ ਤੱਕ ਚੱਲ ਜਾਂਦਾ, ਉਹਨੂੰ ਸੇਵ ਕਰਦੇ ਹਾਂ ਜੀ। ਜਦੋਂ ਦਾ ਇਹ ਗ੍ਰਿਫ ਨੇ ਜਦੋਂ ਬਣਾਇਆ ਰੋਡ ਬਣਾਇਆ ਦਾ, ਇਹ ਰੋਡ ਉੱਚਾ ਹੋ ਗਿਆ, ਨਾਲੇ ਜਿਹੜੇ ਨੀਵੇਂ ਹੋ ਗਏ ਆ, ਇਹ ਪਾਕਿਸਤਾਨ ਤੋਂ ਪਾਣੀ ਆਉਂਦਾ, ਪਾਕਿਸਤਾਨ ਫੈਂਸਿੰਗ ਤੋਂ ਪਾਰੋਂ ਪਾਣੀ ਆਉਂਦਾ ਹੈ, ਜਿੰਨਾ ਵੀ ਆਉਂਦਾ ਨਾ, ਇਹ ਸਾਰੇ ਘੱਟੋ ਘੱਟ ਕੋਈ 15-20 ਘਰ ਆ ਜਿਹੜੇ ਡੁੱਬ ਜਾਂਦੇ ਆ ਪਾਣੀ ਨਾਲ। ਅਤੇ ਕੀ ਮੰਗ ਕਰਦੇ? ਮੰਗ ਇਹ ਕਰਨਾ ਕਿ ਮਤਲਬ ਕਿ ਪਾਣੀ ਦਾ ਕੋਈ, ਪਾਣੀ ਬਾਰੇ ਕੋਈ ਸੋਚਿਆ ਜਾਏ, ਜਿਹੜਾ ਪਾਣੀ ਪਾਕਿਸਤਾਨ ਤੋਂ ਆ ਰਿਹਾ, ਜਿਹੜਾ ਘਰਾਂ ਵਿੱਚ ਵੜ ਰਿਹਾ, ਇਹਦੇ ਬਾਰੇ ਕੋਈ ਸੋਚਿਆ ਜਾਏ। ਜਿੰਦਰ ਕੌਰ, ਇਹ ਕਿਹੜਾ ਪਿੰਡ ਹੈ ਜੀ? ਸਿੰਬਸ ਕੋਲ। ਕੀ ਸਮੱਸਿਆ ਕੀ ਆ ਰਹੀ ਹੈ? ਸਮੱਸਿਆ ਬਾਈ, ਦੇਖੋ ਤੁਹਾਡੇ ਸਾਹਮਣੇ ਅਸੀਂ ਕੋਈ ਰੋਟੀ ਨਹੀਂ ਪਕਾ ਸਕਦੇ, ਕੋਈ ਕੰਮ ਨਹੀਂ ਕਰ ਸਕਦੇ, ਕੁਦਰੇ ਡੰਗਰੇ ਨਹੀਂ ਪੱਠੇ ਪਾ ਸਕਦੇ, ਕੀ ਹੋਇਆ? ਫਿਰਿਆ ਤੁਰਿਆ ਨਹੀਂ ਜਾਂਦਾ, ਇੰਨਾ ਪਾਣੀ ਆ ਜਾਂਦਾ ਸਾਡੇ ਘਰ, ਸਾਡੇ ਤਾਂ ਹਾਲਾਤ ਹੀ ਬੜੇ ਮਾੜੇ ਆ। ਨਹੀਂ, ਪਾਣੀ ਆਉਂਦਾ ਕਿੱਥੋਂ ਜੀ? ਭਾਜੀ, ਸਾਰਾ ਪਾਕਿਸਤਾਨ ਦਾ ਪਾਣੀ ਇਕੱਠਾ ਹੋਈ ਨਾਲੇ 'ਚ ਪੈਂਦਾ, ਨਾਲਾ ਪਰਤੋ ਕੇ ਸਾਡੇ ਘਰ ਨੂੰ ਆ ਜਾਂਦਾ, ਨੀਵੀਂ ਜਗ੍ਹਾ ਇੱਧਰ। ਇਹ ਕਦੋਂ ਦੀ ਸਮੱਸਿਆ ਆ ਰਹੀ ਹੈ? ਇਹ ਭਾਜੀ ਜਦੋਂ ਦਾ ਰੋਡ ਬਣੇ ਦਾ ਉਦੋਂ ਦੀ ਆਉਂਦੀ ਹੈ। ਹੁਣ ਕੀ ਮੰਗ ਕੀ ਕਰਦੇ ਹੋ? ਹੁਣ ਦੇਖੋ ਕੋਈ ਹੱਲ ਕਰੋ, ਸਾਡਾ ਇਸ ਪਾਣੀ ਦੀ ਕੋਈ ਨਿਕਾਸੀ ਕਰੋ। ਚਲੋ ਠੀਕ।